ना मेरी गल सुनो जी, आही कुछ करना सी बस ते आ जांदी इदू चंगा लियाया चौड़ा होके मोटरसाइकिल चलाउणा हुंदा पहला। ले तू आप ही तो कहंदी सी मैं मोटरसाइकिल ते जाना, हुण तैनू चंगा भला मोटरसाइकिल ते ले जाई जाना। बै जा बे, मोटरसाइकिल ते आई नहीं जाईदा हुंदा, जिवें लोक जांदे ओवें जाईदा हुंदा। लोक कड़ा अड जांदे ने, मैं भी तो तैनू आराम नाल बिठा के जा रहा, चलाण तां लग रहा मैं ऊई तां कोई नहीं। बै जा, तू आए थोड़ी चलाईदा हुंदागा, जिवें मुंडे चला तू ओवें चला, तू आप उत्ते बैठ के चला के दिखा मैनूं मोटरसाइकिल। चलाई तो जाना मैं, होर किवें चलावा, नाले तू आप देखी नड़े तड़े दा कोई सुन लूगा, एवें बेइज्जती करा देंगी। बह जा चुप करके। बेइज्जत तू मेरी कराई जाना, टुट पैणे आ। ओ कुछ नहीं हुंदा हुण, तू बह जा बस, मैनूं लगदा दो दिन तां रास्ते च ही लग जाणगे जांदे नूं। किथे दे मगर पाता, कहिंदे मुंडे नूं चंगी जमीन है, सवा सत चुली चंगे। तैनूं मैं देख ला सरदार नहीं आवां, गुरु अखर का हजे ही गाला कढ़ी जानी आ तू। ਮੇਰੀ ਗੱਲ ਸੁਣ ਪਾਲੋ। ਹਾਂ ਖੜ ਜਾ ਖੜ ਜਾ ਖੜ ਜਾ, ਉੱਤਰ ਜਾ। ਲੈ ਫੜ, ਹੁਣ ਕੀ ਹੋ ਗਿਆ? ਓਏ ਮੇਰੇ ਸਹੁਰੇ ਜਾ ਕੇ ਨਾ ਕੱਦੂ ਖਾਵਾਂਗੇ, ਕੱਦੂ ਤੋੜਨਾ। ਤੂੰ ਰਾਹ ਚੋਂ ਕੱਦੂ ਤੋੜੇਗਾ ਹੁਣ? ਕੋਈ ਦੇਖਦਾ ਤਾਂ ਨਹੀਂ, ਮੈਂ ਆਖਣਾ ਚੱਲ ਛੱਡ ਫਿਰ। ਹੋਰ ਪਹਿਲੀ ਲੇਟ ਹੋਈ ਜਾਣੀ, ਹੋਰ ਕਿਉਂ ਮੁਰਗਾ ਖਾਵਾਂਗੇ, ਜਾ ਮੁਰਗਾ। ਚਲੋ ਆਏ ਹੋਏ, ਕਿੰਨੀ ਕੁ ਦੂਰ ਰਹਿ ਗਿਆ ਹੁਣ ਤੁਹਾਡਾ ਘਰ? ਤੁਰਕੀ ਵਗ ਜਾਨੀ ਆ, ਉਹ ਬੈਠੀ ਰਹਿ, ਬਸ ਮੈਨੂੰ ਨੀ ਲੋੜ ਹੈਗੀ, ਰੋਡ ਲਿਆ ਸੁਣਾ, ਬਸ ਮੈਨੂੰ ਨੀ ਪਤਾ। ਹਾਏ ਓਏ ਰੱਬਾ, ਕੀ ਆ ਇਹ? ਚੱਲ ਅਸੀਂ ਚੱਲ ਯਾਰ, ਤੂੰ ਵੀ ਮੇਰੀ ਗੱਲ ਤਾਂ ਸੁਣ ਲਾ, ਮੈਨੂੰ ਨੀ ਲੋੜ ਹੈਗੀ, ਬਸ ਮੈਂ ਤਾਂ ਤੁਰਕੀ ਵਗ ਜਾਨੀ ਆ। ਓ ਰੁਕ ਜਾ ਹੁਣ, ਭੱਜਿਆ ਮੈਨੂੰ ਨੀ ਪਤਾ, ਮੈਂ ਮੂੰਹ ਨੀ ਪੈਂਦੀ, ਆਉਂਦਾ ਨੀ ਫਾਸ ਤਾਂ ਨੀ ਚਲਾਉਣਾ। ਐਵੇਂ ਹੀ ਲਿਆਇਆ ਮੋਟਰਸਾਈਕਲ, ਉਹ ਚਲਾ ਤਾਂ ਰਿਹਾ ਮੈਂ, ਦੇਖੀ ਬਹਿ ਜਾ। ਆ ਚਲਾਉਣਾ ਕੀ ਚਲਾਉਣਾ ਹੋਇਆ? ਉਹ ਪਹੁੰਚਣ ਵਾਲਿਆ ਤੁਹਾਡੇ ਘਰੇ, ਛੇਤੀ ਦੇਖੀ ਰੋਟੀ ਨੂੰ। ਓਏ ਓ ਰੁਕ ਜਾ ਕਰਮ ਵਾਲੀਏ। ਪਾਲੋ ਜੀ, ਪਾਲੋ ਜੀ, ਮੈਨੂੰ ਨਾ ਬੁਲਾ, ਠੀਕ ਹੈ? ਹਾਏ ਓਏ, ਕਿਵੇਂ ਤਪੀ ਫਿਰਦੀ ਆ, ਉਹ ਬਹਿ ਜਾ ਹੁਣ। ਲੈ ਹੁਣ ਮੈਂ ਆਪਣੇ ਘਰੇ ਆ ਗਈ, ਹੁਣ ਤੇਰੇ ਮੋਟਰਸਾਈਕਲ ਤੇ ਬਹਿ ਜਾ ਮੈਂ। ਮੈਨੂੰ ਦੇਖੀ ਬਾਹਰੇ ਛੱਡਤਾ ਕਰਲੇ ਨੂੰ, ਬੇ ਤੈਨੂੰ ਕਿਧਰੇ ਨੀ ਕੁੱਤੇ ਖਾਂਦੇ ਬਾਹਰੇ। ਓਹ ਬੇਬੇ ਹੈ ਆ ਗਈ ਮੇਰੀ, ਸਤਿ ਸ੍ਰੀ ਅਕਾਲ ਬੇਬੇ। ਸਤਿ ਸ੍ਰੀ ਅਕਾਲ, ਠੀਕ ਹੈ? ਬਸ ਠੀਕ ਆ। ਆ ਜਾ ਪੁੱਤ, ਬੇਬੇ ਕੀ ਹੈਗਾ ਇਹ, ਕੀ ਹੋ ਗਿਆ? ਆਪਦੀ ਕੁੜੀ ਨੂੰ ਦੇਖ, ਪੂਰੀ ਮੰਜਾ ਡਾਲ ਹੈ, ਅੰਦਰ ਤਾਂ ਸੇਕ ਮਾਰਦਾ। ਬੇ ਹੁਣ ਤੂੰ ਮੇਰੇ ਸਰਾਣੀ ਖੜਾ ਰਹੇਗਾ, ਤੂੰ ਤਾਂ ਅੰਦਰ ਜਾ ਕੇ ਬਹਿ ਜਾ, ਹੁਣ ਮੇਰੇ ਕੋਲ ਹੀ ਬੈਠੇਗਾ। ਚੱਲ ਅੰਦਰ ਹੀ ਬਹਿ ਜਾਣਾ ਮੈਂ, ਏਸੀ ਉਸੀ ਲਵਾ ਦੇ, ਗਰਮੀ ਬੜੀ ਲੱਗੀ ਜਾਂਦੀ ਹੈ ਮੈਨੂੰ। ਐਂ ਕਰਦਾ ਜਿਵੇਂ ਘਰੀ ਤਾਂ ਏਸੀਆਂ 'ਚ ਹੀ ਬਹਿੰਦਾ ਹੁੰਦਾ ਹੈਗਾ। ਨਹੀਂ ਬੇਬੇ ਚੱਕ ਲਿਆ ਮੰਜਾ, ਤਾਂ ਅੱਗੇ ਘੰਟਾ ਲਾ ਤਾ, ਮੈਨੂੰ ਪਤਾ ਹੀ ਹੈ ਬੇਬੇ ਦਾ। ਬੇਬੇ ਇਦੂ ਚੰਗਾ ਤਾਂ ਨਾ ਕਿਸੇ ਖੂਚ ਖਾਚ ਤੱਕ ਕਦੇ ਕਿ ਸੁੱਟ ਦਿੰਦੇ ਮੈਨੂੰ, ਕੀ ਹੈਗਾ ਇਹ ਸੁੱਡਲ ਜਾ, ਇਹਨੂੰ ਭੋਰ ਅਕਲ ਨਹੀਂ ਹੈਗੀ। ਕੀ ਹੋ ਗਿਆ ਪੁੱਤ? ਬੇਬੇ ਹੋਣਾ ਕੀ ਹੈ, ਮੋਟਰਸਾਈਕਲ ਲੈ ਆਇਆ ਆਪਦੇ ਦੋਸਤ ਦਾ ਮੰਗ ਕੇ, ਕਹਿੰਦਾ ਸੋਰੀ ਜਾਣਾ ਤੇ ਉਹ ਚਲਾਉਣਾ ਆਉਂਦਾ ਸਾਰਾ ਤੋਰ ਕੇ ਲੈ ਕੇ ਆਇਆ ਮੈਨੂੰ। ਚੱਲ ਕੋਈ ਪੁੱਤ, ਭੋਲਾ ਹੈ, ਸਿੱਧਰਾ ਨਹੀਂ ਹੈਗਾ। ਓਹੋ ਬੇਬੇ ਤੂੰ ਤਾਂ ਐਵੇਂ ਕਹਿ ਜਾਂਦੀ, ਭੋਲਾ ਭੋਲਾ ਸਿੱਧਰ ਹੈ ਉਹ ਸਿਰੇ ਦਾ, ਉਹਨੂੰ ਕੁਛ ਵੀ ਨਹੀਂ ਲੱਖਣ। ਓਹੋ ਚੱਲ ਕੋਈ ਨਹੀਂ, ਮੈਂ ਪਾਣੀ ਲਿਆਉਣੀ ਆ। ਲਿਆ ਪਾਣੀ, ਕੀ ਹੈ ਤੁਹਾਡੇ ਘਰ ਤਾਂ ਏਸੀ ਵੀ ਨਹੀਂ ਹੈਗਾ। ਆਏ ਕਰਦਾ ਜਿਵੇਂ ਤੁਹਾਡੇ ਘਰ ਤਾਂ ਹਰੇਕ ਕਮਰੇ 'ਚ ਏਸੀ ਲੱਗਿਆ ਹੁੰਦਾ ਹੈਗਾ। ਬੇ ਸੁੱਟਲਾ ਉੱਪਰ ਨਹੀਂ ਰੱਖਣੇ, ਥੱਲੇ ਰੱਖ ਇਹਨਾਂ ਨੂੰ। ਲੈ ਕੀ ਪਤਾ ਤੇਰੀਆਂ ਭੈਣਾਂ ਭੂਣਾ ਆ ਜਾਣ, ਉਹ ਚੱਕ ਕੇ ਲੈ ਜਾਣਗੀਆਂ ਜੁੱਤੀ ਮੇਰੀ। ਬੇ ਉਹ ਤਾਂ ਵਿਆਹ ਵੇਲੇ ਚੱਕਦੇ ਹੁੰਦੇ, ਹੁਣ ਤੇਰੀ ਜੁੱਤੀ ਕੋਈ ਨਹੀਂ ਚੱਕਦਾ। ਵਿਆਹ ਵੇਲੇ ਲੈ, ਵਿਆਹ ਵੇਲੇ ਕਿਹੜਾ ਮੈਂ ਚੱਕਣ ਦਿੱਤੀ ਸੀ, ਲੁਕੋ ਤਾਂ ਲਈ ਦੀ ਮੈਂ। ਹੋਰ ਇੱਥੇ ਹੀ ਪਤਾ ਲੱਗਣਾ ਸੁੱਟਲ ਦਾ। ਅੱਕਲ ਨਹੀਂ, ਮੌਤ ਨਹੀਂ। ਬੇਬੇ ਤੇਰੀ ਕੁੜੀ ਮੈਨੂੰ ਸੁੱਡਲ ਸੁੱਡਲ ਕਹਿੰਦੀ ਰਹਿੰਦੀ ਆ, ਇਹਨੂੰ ਸਮਝਾ ਤਾਂ ਦੇ। ਚੱਲ ਕੋਈ ਨੀ, ਤੂੰ ਪਾਣੀ ਪੀ ਪਹਿਲਾਂ। ਤੇ ਸੁੱਡਲ ਨੂੰ ਜੇ ਸੁੱਡਲ ਨਹੀਂ ਕਹਾਂਗੇ ਹੋਰ ਕੀ ਕਹਾਂਗੇ? ਮੈਂ ਨਹੀਂ ਪਾਣੀ ਪੂਣੀ ਪੀਂਦਾ, ਪ੍ਰਾਹੁਣਾ ਤੁਹਾਡਾ ਮੈਂ, ਬੱਤਾ ਲਿਆ ਕੇ ਦੋ ਮੈਨੂੰ ਤਾਂ ਕਾਲਾ। ਕੇਰਾ ਤਾਂ ਪਾਣੀ ਪੀ ਲਾ, ਫਿਰ ਮੰਗਾ ਲੂੰਗੀ। ਮੈਂ ਨਹੀਂ ਪੀਂਦਾ ਪੂੰਦਾ ਹੈਗਾ, ਮੈਨੂੰ ਤਾਂ ਕਾਲਾ ਬੱਤਾ ਚਾਹੀਦਾ। ਗੱਲ ਸੁਣ ਲੈ, ਵੀਰਾ ਘਰੇ ਹੈ ਨੀ, ਇੱਧਰ ਨੂੰ ਕਿਹਾ ਜਦੋਂ ਆ ਗਿਆ ਫਿਰ ਕਾਲਾ ਬੱਤਾ ਪੀ, ਕੇਰਾ ਪਾਣੀ ਤਾਂ ਪੀ ਲੈ ਤੂੰ। ਕੇਰਾ ਪੀ ਲੈ ਤੂੰ, ਆ ਗਏ ਨਾ ਮੰਗਾ ਲਾਂਗੇ ਆਪਾਂ, ਕੋਈ ਗੱਲ ਨੀ। ਓਹੋ ਥੋੜਾ ਤਾਂ ਪਾਣੀ ਵੀ ਸਵਾਦ ਨਹੀਂ ਹੈਗਾ, ਮੈਂ ਨਹੀਂ ਪਾਣੀ ਪੀਂਦਾ। ਅੱਛਾ, ਨਾ ਜਮਾ ਵੀ ਨਹੀਂ। ਨਾ ਖਰੀ ਵਾਲੇ ਹੋ ਗਏ, ਉਦੋਂ ਖੇਲ ਚ ਪੀ ਜਾਂਦੇ ਹੁੰਦੇ ਪਾਣੀ।
ਕਾਹਨੂੰ ਤੇਰਾ ਪਤਾ ਲੱਗਦਾ ਬੇਇੱਜ਼ਤੀ ਕਰਨੀ ਹੈ ਬੇਇੱਜ਼ਤੀ ਕਰਦੀ ਉਹਦੀ ਵੱਡੀ ਐਮਐਲ ਚੱਲ ਕੋਈ ਨਹੀਂ ਪਤਾ ਆ ਜਾਣ ਦੇ ਮੁੰਡੇ ਨੂੰ ਬੱਤਾ ਮਗਾਉਣੇ ਆ ਉੱਡਾ ਮੁੰਡਾ ਨਹੀਂ ਆਇਆ ਹੈਗਾ ਮੈਨੂੰ ਭਾਵੇਂ ਬੱਤਾ ਨਾ ਮਿਲੇ ਹੁਣ ਤੂੰ ਅੰਦਰ ਬਹਿ ਜਾਂਦਾ ਨਾ ਮੇਰੇ ਸਰਾਣੇ ਕੀ ਕਰਨ ਲੱਗਿਆ ਸਾਰਾ ਦਿਨ ਮੇਰਾ ਖੜਾ ਨਹੀਂ ਛੱਡਦਾ ਤੂੰ ਮੇਰਾ ਜੀ ਨਹੀਂ ਲੱਗਦਾ ਹੈਗਾ ਅੰਦਰ ਮੈਂ ਤਾਂ ਉਰੀ ਬੈਠੂੰਗਾ ਜੀ ਲੱਗਦਾ ਤਾਂ ਕੀ ਕੀ ਬੇ ਸਾਡੇ ਮਾਮਾ ਦੀ ਇਹਨੇ 100 ਗੱਲਾਂ ਹੁੰਦੀਆਂ ਨੇ ਹੋਰ ਅੰਦਰ ਕੋ ਪੱਖਾ ਲਾ ਲੈ ਬਾਈ ਆਰਾਮ ਕਰ ਲੈ ਗੱਲਾਂ ਤਾਂ ਕਰ ਲੈ ਮੇਰੀ ਬੇਇੱਜ਼ਤੀ ਨਾ ਕਰਦੀ ਕਿਤੇ ਚੁਗਲਖੋਰ ਨਹੀਂ ਜੀ ਦੇਖੀ ਬੇਬੇ ਕਿਵੇਂ ਜੋੜੇ ਹੱਥ ਚੱਕੇ ਨੇ ਉਹ ਮਰ ਜਾ ਤੇ ਪੈਰਾਂ 'ਚ ਪਾ ਲੈਂਦਾਗਾ ਪੁੱਤਾਂ ਲੈ ਤੁਹਾਡਾ ਕੀ ਬਦਲ ਕੋ ਲੋ ਲੈ 2500 ਰੁਪਇਆ ਲਾ ਜੁੱਤੀ ਤੇ ਉਹ ਤਾਂ ਵਿਆਹ ਨੂੰ ਰੁਕਾ ਦਿੰਦਾ ਬੁੱਤ ਹੁਣ ਕੌਣ ਲਗਾਊਗਾ ਬੇਬੇ ਆਹੀ ਗੱਲਾਂ ਤੈਨੂੰ ਮੈਂ ਸਮਝਾਉਂਦੀ ਰਹਿਣੀ ਆ ਸਰਦਨ ਸੁਣਦੇ ਹੀ ਨਹੀਂ ਆ ਕਿਸੇ ਦੀ ਉਹ ਵੀ ਗੱਲ ਹੀ ਫਿਰ ਤਾਂ ਹੀ ਤੂੰ ਸੱਚੀ ਬੋਲਦੀ ਆ ਬੇਬੇ ਹੁਣ ਮੈਂ ਜਾ ਕੇ ਅੰਦਰ ਦੇਖਿਆ ਨਹੀਂ ਪਤਾ ਬੈੱਡ ਦੇ ਤਾਂ ਰੱਖੇ ਹੁਣ ਛਿੱਤਰ ਦੇਖ ਲੈ ਪੁੱਤ ਮੈਂ ਦੱਸ ਦੇਖ ਮੇਰੇ ਸਾਲੇ ਨੇ ਕਿਵੇਂ ਆਪਦੀਆਂ ਫੋਟੋ ਲਾ ਰੱਖੀਆਂ ਨੇ ਮੇਰੀਆਂ ਨਹੀਂ ਲਾਈਆਂ ਹੈਗੀਆਂ ਤੈਨੂੰ ਕੋਈ ਨਾ ਦੱਸਦਾ ਮੈਨੂੰ ਉਹ ਦਿਓ ਕਿਵੇਂ ਬੈਠੀ ਹੈ ਪੱਕਾ ਇਹਦੀ ਹੁਣੀ ਛੋਟੀ ਹੁੰਦੀ ਤੀ ਬੁੜੀ ਤੇ ਬੁੜੇ ਨੂੰ ਵੀ ਪੋ ਜਾਣ ਘੈਂਟ ਕਰਾਰ ਖਾ ਦੇਖ ਲਾ ਹੈ ਕੀ ਦੇਖੀ ਜਾਂਦਾ ਤੂੰ ਇੱਧਰ ਉੱਧਰ ਇੱਧਰ ਉੱਧਰ ਆਹ ਦੇਖ ਲੈ ਕਿਵੇਂ ਆਪਦੀਆਂ ਸਜਾ ਕੇ ਫੋਟੋਆਂ ਲਾ ਰੱਖੀਆਂ ਨੇ ਮੈਂ ਇਕੱਲਾ ਇਕੱਲਾ ਜਮਾਈਆਂ ਤੇਰੇ ਬਾਪ ਦਾ ਮੇਰੀ ਫੋਟੋ ਨਹੀਂ ਲਾਈ ਹੈਗੀ ਉਹ ਵੀ ਹਾਰ ਪਾ ਕੇ ਬੇ ਮੇਰੀ ਗੱਲ ਸੁਣ ਤੈਨੂੰ ਫੋਟੋ ਕਰਾਉਣੀ ਆਉਂਦੀ ਆ ਪਹਿਲਾਂ ਹਾਂ ਕਿਵੇਂ ਕਰਾਈ ਦਿੰਦੇ ਫੋਟੋ ਇੱਕ ਫੋਟੋ ਨਹੀਂ ਤੇ ਚੱਜ ਨਾਲ ਕਰਾਈ ਹੈਗੀ ਵਿਆਹ 'ਚ ਤੇਰੀ ਲਫ ਐ ਕਰਾਉਂਦੇ ਹੁੰਦੇ ਨੇ ਮੇਰੀ ਗੱਲ ਸੁਣ ਲੈ ਬੇਬੇ ਹੁਣ ਐ ਪੁੱਛਦੀ ਆ ਰੋਟੀ ਰਾਟੀ ਕਦ ਨਾਲ ਖਾਏਗਾ ਇਹ ਦੱਸ ਦੇ ਮੈਨੂੰ ਕਾਲਾ ਮੁਰਗਾ ਚਾਹੀਦਾ ਮੁਰਗੇ ਨਾਲ ਖਾਉਂ ਰੋਟੀ ਮੈਂ ਨਹੀਂ ਖਾਂਦਾ ਮੇਰੀ ਗੱਲ ਸੁਣ ਨਾ ਕਰੇ ਤੂੰ ਮੁਰਗੇ ਨਾਲ ਹੀ ਰੋਟੀ ਖਾਣਾ ਕਰੇ ਤੂੰ ਚਾਟੀ ਨਾਲ ਰੋਟੀ ਖਾਣਾਗਾ ਉਹ ਘਰ ਦੀ ਗੱਲ ਹੋਰ ਐ ਆਪਦੇ ਸਹੁਰੇ ਆਏਗਾ ਜੇ ਸਹੁਰੇ ਆ ਕੇ ਇਹ ਵੀ ਨਾ ਖਾਂਦਾ ਫੇਰ ਉਹ ਤੇਰਾ ਘਰ ਹੈ ਨਾ ਇਹ ਮੇਰਾ ਘਰ ਹੈ ਠੀਕ ਹੈ ਮੈਂ ਕਦੇ ਉੱਥੇ ਜੇ ਕੁਝ ਮੰਗੇਗਾ ਤੂੰ ਦਿਮਾਗ ਖਾਈ ਜਾਂਦੀ ਐ ਮੇਰਾ ਹੋਰ ਕੀ ਚਾਹੀਦਾ ਤੈਨੂੰ ਮੈਂ ਤੇਰਾ ਦਿਮਾਗ ਨਹੀਂ ਖਾਂਦੀ ਠੀਕ ਹੈ ਬੇਬੇ ਨੇ ਜਿਹੜਾ ਕੁਝ ਬਣਾਇਆ ਚੁੱਪ ਚਾਪ ਕਰਕੇ ਖਾ ਲਈ ਵਿਚਾਰੀ ਬੁੜੀ ਹੋ ਗਈ ਹੈ ਉਹਨੂੰ ਤੰਗ ਜੇ ਨਾ ਕਰੀ ਬਾਲਾ ਠੀਕ ਹੈ ਨਹੀਂ ਤੈਨੂੰ ਮੈਂ ਦੇਖੀ ਤੇਰੇ ਜੁੰਡੇ ਪੱਟਦੀ ਜੁੰਡੇ ਪੱਟਦੀ ਬੇਬੇ ਐਵੇਂ ਪਿੱਛੇ ਨਾ ਲੱਗੀ ਮੁਰਗਾ ਬਣਾ ਦੇਣੀ ਸਾਰਾ ਕੁਝ ਰੋੜ ਦੂੰ ਮੈਂ ਆਹੋ ਓਏ ਹੋਏ ਉਹ ਤਾਂ ਠੰਡ ਵੀ ਬੜੀ ਲੱਗਦੀ ਹੈ ਸੌ ਜਾ ਰੋਟੀ ਤਾਂ ਬਣ ਗਈ ਹੁਣ ਫੜਾਵਾਂ ਪਰੇ ਹੁਣ ਤਾਂ ਭੁੱਖੜਾ ਲੱਗ ਵੀ ਆਇਆ ਉਹ ਸਾਰੇ ਰਹਿ ਤਾਂ ਤੁਰ ਕੇ ਆਇਆ ਭੁੱਖ ਤਾਂ ਲੱਗਣੀ ਆ ਉਰੀ ਠੁੰਗਾ ਹੀ ਮਰੀ ਜਾਏਗੀ ਕਿ ਬਣਾਏਗੀ ਵੀ ਕੁਛ ਆਏ ਹਾਏ ਬੇ ਬਣਾ ਕੇ ਤਾੜੀਆਂ ਰੋਟੀ ਬਣਾਉਣ ਵਾਲੀ ਸੀ ਬੇ ਤੂੰ ਇਹਨਾਂ ਨੂੰ ਰੱਖ ਦੇ ਲੈ ਤੈਨੂੰ ਪਤਾ ਨਹੀਂ ਕੀ ਪਹਿਲਾਂ ਤਾਂ ਹੱਥ ਧੋ ਜੇ ਰੋਟੀ ਖਾਣੀ ਹੈ ਹਾਂ ਬਣ ਗਿਆ ਮੁਰਗਾ ਮੁਰਗਾ ਹੋਰ ਕੀ ਬੇ ਮੁਰਗਾ ਮੁਰਗਾ ਕੋਈ ਨਹੀਂ ਤੈਨੂੰ ਕੋਲ ਦੇਗਾ ਵੀਰਾ ਘਰੇ ਹੈ ਨਹੀਂ ਚਟਣੀ ਬਣੀ ਬੇ ਚੁੱਪ ਕਰਕੇ ਚਟਣਾ ਰੋਟੀ ਖਾ ਲੈ ਚਟਣੀ ਨਾਲ ਰੋਟੀ ਖਾ ਲੈ ਚਟਣੀ ਖਾ ਲਈ ਮੁਰਗੇ ਦੀ ਬਿੱਠ ਖਾ ਲਈ ਇੱਕ ਬਰਾਬਰ ਹੈ ਮੈਨੂੰ ਤਾਂ ਮੁਰਗਾ ਚਾਹੀਦਾ ਮੇਰੀ ਗੱਲ ਸੁਣ ਲਓ ਜੇ ਰੋਟੀ ਖਾਣੀ ਚੁੱਪ ਕਰਕੇ ਖਾਣਾ ਨਹੀਂ ਇਹ ਤਾਂ ਵੀ ਜਾਏਗਾ ਘਰ ਤਾਂ ਤੂੰ ਮੁੱਕੀ ਖਾਣਾ ਇੱਥੇ ਵੀ ਖਾਏਗਾ ਮੈਂ ਤਾਂ ਮੁਰਗਾ ਖਾਊਂਗਾ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣ ਲੈ ਇੱਕ ਦਿਨ ਮੈਂ ਰਹਿਣ ਆਈ ਹਾਂ ਮੈਨੂੰ ਚੈਨ ਨਾਲ ਰਹਿ ਲੈਣ ਦੇ ਠੀਕ ਹੈ ਹੁਣ ਕਿਤੇ ਤੁਹਾਡੇ ਗਵਾਂਢੀ ਵੀ ਗਾਲਾਂ ਕੱਢਣ ਮੈਨੂੰ ਨਹੀਂ ਪਤਾ ਹੈਗਾ ਨਹੀਂ ਮੈਂ ਤਾਂ ਗਵਾਂਢੀਆਂ ਦੀ ਰੋਟੀ ਖਾ ਕੇ ਆਉਂਗਾ ਤੂੰ ਐ ਕਰ ਤੂੰ ਗੇਟੋਂ ਫਿਰ ਬਾਹਰ ਹੋ ਜੇ ਤੈਨੂੰ ਮੈਂ ਦੀਮਾ ਨਾ ਪਤਾ ਚੱਲ ਪਾ ਦੇ ਖਾ ਲੂੰਗਾ ਖਾਏਂਗੇ ਹੀ ਨਹੀਂ ਤੂੰ ਛਿੱਤਰ ਵੀ ਖਾਏਂਗਾ ਫਿਰ ਮੈਥੋਂ ਲੈ ਫੜ ਰੋਟੀ ਲੈ ਜਾ ਪਾਣੀ ਲੈ ਕੇ ਆਉਣੀ ਆ ਮੈਂ ਹੁਣ ਸਰਦਾਰ ਜਾਗਰ ਸਿੰਘ ਰੋਟੀ ਆਪ ਲੈ ਕੇ ਜਾਵੇ ਨਾ ਨਾ ਤੇਰੇ ਵਾਸਤੇ ਬੇਟਰ ਬੁਲਾਉਣੀ ਆ ਮੈਂ ਬਾਹਰ ਉਹ ਲੈ ਕੇ ਆਉਣਗੇ ਤੇਰੇ ਵਾਸਤੇ ਰੋਟੀ ਚੁੱਪ ਕਰਕੇ ਤੂੰ ਪਾਣੀ ਲਿਆ ਦੇ ਲਿਆ ਦੇ ਮਾਂ ਪੱਕ ਬੋਲਦੀ ਐ ਇੱਕ ਦਿਨ ਕਿਹਾ ਸੀ ਕੱਲੀ ਨੂੰ ਜਾਇਆ ਹੁੰਦੇ ਪਿੰਡ ਮਗਰ ਹੀ ਲਮਕ ਲਿਆ ਸੱਗੀ ਨਾਲ ਪਰਾਂਦਾ ਲੈ ਫੜ ਬੇ ਢੰਗ ਨਾਲ ਬਹਿ ਕੇ ਖਾ ਲੈ ਵੇ ਬੇਸੂਰੇ ਇਧਰ ਕੋ ਗਵਾਂਢੀ ਐਂ ਦੇਖ ਕੇ ਕੀ ਕਹੂ ਤੈਨੂੰ ਹੁਣ ਇੱਥੇ ਬਹਿ ਕੇ ਖਾਣੀ ਰੋਟੀ ਠੀਕ ਹੈ ਮੰਦਰ ਬੇਬੇ ਕੋਲ ਬਹਿਣੀ 10 ਮਿੰਟ ਬਹਿ ਜਾ ਕੇ ਜਾ ਰੋਟੀ ਦਾ ਖਾ ਲਿਆ ਕਰਨ ਦੇ ਉੱਤੇ ਦਬਾ ਬਾ ਬਾ ਦਬਾ ਬਾ ਕਰ ਲੱਗ ਜੂਗੀ ਕਰਨ ਖਾਣੀ ਹੋ ਪਊਗੀ ਇਹਨਾਂ ਤਾਂ ਚਟਣੀ ਵੀ ਨਹੀਂ ਰੱਖ ਲੈਣੀ ਆਉਂਦੀ ਹੈਗੀ ਓਹੋ ਮਾਂ ਕਿਤੇ ਕਿਸੇ ਨੇ ਜੁੱਤੀ ਚੱਕ ਲਈ ਓ ਬੇਬੇ ਕੰਮ ਕਰੀ ਜਾਂਦੀ ਬਹਿ ਜਾ ਉਰੇ
ਕੰਮ ਤਾਂ ਕਰਨਾ ਹੀ ਤੇ ਘਰ ਦਾ ਕੰਮ ਹੈ ਬੇਬੇ ਮੈਨੂੰ ਤਾਂ ਨਾ ਕੱਪੜੇ ਲਵਾ ਆ ਤੇਰੀ ਕੁੜੀ ਵੀ ਤਾਂ ਸਾਡੇ ਘਰੋਂ ਇੰਨੇ ਕੱਪੜੇ ਪਾਉਂਦੀ ਆ ਕਦੇ ਮੇਰੀ ਬੇਬੇ ਉਹਨੂੰ ਕਿਹੜਾ ਸੂਟ ਲਿਆ ਦਿੰਦੀ ਆ ਕਦੇ ਕਿਹੜਾ ਸੂਟ ਲਿਆ ਦਿੰਦੀ ਆ ਤੇ ਫਿਰ ਮੇਰੀ ਧੀ ਕੰਮ ਵੀ ਕਰਦੀ ਤੁਹਾਡੇ ਘਰੇ ਸਾਰਾ ਦਿਨ ਨਾਲੇ ਤੇਰਾ ਸਹੁਰਾ ਨਹੀਂ ਹੈਗਾ ਘਰੇ ਜਦੋਂ ਆ ਜਾਊਗਾ ਲੈ ਜਾਵਾਂਗੇ ਤੇ ਤੂੰ ਮੇਰੇ ਵਾਸਤੇ ਕੀ ਲਿਆ ਮੈਨੂੰ ਤਾਂ ਕਹੀ ਜਾਂਦਾ ਅੱਛਾ ਹਾਂ ਦੱਸ ਉਰੇ ਆ ਬੇਬੇ ਹਾਂ ਹਟ ਜਾ ਤੇ ਪੈਰਾਂ 'ਚ ਪਾ ਲੈ ਇਹਨਾਂ ਨੂੰ ਨਾ ਆ ਜਾ ਉਰੇ ਆ ਬਹਿ ਜਾ झूटे कदे मैं तेरी कुड़ी नूं नहीं दित्ता जिन्ने मैं तेनूं देई आना है उतरी ना देख बेबे है ਮੇਰੇ ਸਹੁਰੇ ਨੇ ਦਿੱਤਾ ਨਾ ਤੈਨੂੰ ਇੰਨੇ ਝੂਟੇ ਜਿੰਨੇ ਮੈਂ ਦੇਈ ਜਾਂਦਾ ਬਥੇਰੇ ਹੈਂ ਹਾਂ ਚੱਲ ਕੋਈ ਨਾ ਵਾਧੂ ਟੀ 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 ਬੇ ਬਸ ਕਰ ਹੁਣ ਲਾ ਦੇ ਮੈਨੂੰ ਲੈ ਚੱਕ ਹੁਣ ਮੈਨੂੰ ਸੂਟ ਦਵਾ ਦੇ ਕਹਿਣ ਜਾ ਕੱਪੜੇ ਹੈ ਤੇ ਉਤਰ ਆ ਸੂਟ ਦਵਾ ਦੇ ਮੈਂ ਕਿ ਮੰਡੀ ਜਾ ਮੌਣ ਦੇ ਨਾ ਐਦੋਂ ਵੀ ਵਧੀਆ ਪੈਂਟ ਐਦੋਂ ਵਧੀਆ ਕਹਿਣ ਜਾ ਕਮੀਜ਼ ਨਾ ਤਾਂ ਮੁੰਡਾ ਆਇਆ ਘਰੇ ਨਾ ਇਹ ਤੇਰਾ ਸਹੁਰਾ ਆ ਫਿਰ ਦਬਾ ਦੇਾਂਗੇ ਉਹ ਦਬਾ ਕੇ ਲਿਆਉਂਗੇ ਤੈਨੂੰ ਮੈਨੂੰ ਨਹੀਂ ਪਤਾ ਮੈਂ ਨਹੀਂ ਆ ਮੈਂ ਤਾਂ ਕੱਪੜੇ ਲੈਣੇ ਨੇ ਆ ਮੈਂ ਤਾਂ ਕੱਪੜੇ ਲਊਂਗਾ ਓ ਲੈਰੀ ਕਮਲਾ ਵਾਂਗੂ ਕਿਉਂ ਕਰੀ ਜਾਂਦਾ ਤਾਂ ਹੀ ਕੁੜੀ ਵੀ ਸੱਚੀ ਗੱਲ ਹੀ ਕਹਿੰਦੀ ਆ ਸੱਚੀ ਗੱਲ ਕਹਿੰਦੀ ਆ ਤੂੰ ਵੀ ਹੁਣ ਕੁੜੀ ਨਾਲ ਲੜ ਰਾਜਾ ਹੋਰ ਕੀ ਫਿਰ ਸੋਹਣਾ ਲੱਗਦਾ ਲਿਟਦਾ ਤੂੰ ਸੋਹਣੇ ਨਹੀਂ ਕਰੇ ਮੈਂ ਨਹੀਂ ਕੰਮ ਦਾ ਕੱਪੜੇ ਲਿਆ ਕੇ ਦੇ ਫਿਰ ਓ ਲਿਆ ਕੇ ਦੇਵਾਂਗੇ ਪੁੱਤ ਮੰਜੇ ਤੇ ਬਹਿ ਜਾ ਚੱਲ ਠੀਕ ਆ ਹਾਂ ਬਾਂਡੀ ਵੀ ਦੇਖਦੇ ਆ ਓ ਬਗ ਜਾ ਤੂੰ ਵੀ ਦੇਖਦੀ ਆ ਬਾਇਆ ਬਾਇਆ ਹੋਰ ਐ ਨਹੀਂ ਕਰਦੇ ਹੁੰਦੇ ਹੈਗੇ ਸੌਰੀ ਆ ਕੇ ਸਿਆਣਾ ਬਣ ਜਾ ਤੇ ਜੋੜੇ ਥੱਲੇ ਧਰਦੇ ਉਹ ਤਰਦ ਨਾ ਥੋੜਾ ਕੀ ਬਤਲ ਕੋ ਲੋ ਓਹੋ 2500 ਰੁਪਏ ਲੈ ਜੁੱਤੀ ਦੇ 2500 ਉਹ ਵਿਆਹ ਨੂੰ ਤਲ ਕੋਦੇ ਹੁੰਦੇ ਨੇ ਫੇਰ ਨੀਂਦ ਘੁੰਮਦੀਆਂ ਹੁੰਦੀਆਂ ਜੋੜੇ ਥੱਲੇ ਧਰ ਪੁੱਤ ਬਣ ਕੇ ਕਹਿੰਦੇ ਜੈਲਦਾਰ ਨੇ ਜੈਲਦਾਰ ਜੈਲਦਾਰਾਂ ਦਾ ਕੀ ਪਤਾ ਜੈਲਦਾਰ ਭੁੱਖੇ ਹੁਣ ਲਾਇਆ ਦਾ ਜੁੱਤੀ ਲਕੋ ਲੈਣਗੇ ਮੇਰੀ ਸਾਡੇ ਤਾਂ ਮੇਚ ਹੀ ਨਹੀਂ ਆਉਣੀ ਦੇਖ ਮੇਰੇ ਮੇਰੇ ਵੀ ਤਾਂ ਮੇਚ ਆਉਂਦੀ ਹੈ ਦੇਖ ਖੁੱਲੀ ਐ ਨਾਲੇ ਮੈਨੂੰ ਤਾਂ ਇਹ ਵੀ ਤੇਰੇ ਵੀ ਤੇਰੀ ਨਹੀਂ ਲੱਗਦੀ ਮੈਨੂੰ ਤਾਂ ਲੱਗਦਾ ਮੰਗ ਕੇ ਲੈ ਤੂੰ ਹਾਏ ਓਏ ਕੁੜੀ ਨੂੰ ਪਤਾ ਲੱਗ ਗਿਆ ਮੈਂ ਮੰਗ ਕੇ ਲਿਆਂਗਾ ਹਾਂ ਨਾ ਮੇਰੀ ਐ ਨਾ ਜਵੇਂ ਤੇਰੀ ਦਾ 2500 ਰੁਪਏ ਲਾਇਆਗਾ ਹਾਂ ਉਹੀ ਮਾਰੀ ਐ ਨਾ ਕੱਪਾ ਆਪਾਂ ਉਹਨੂੰ ਭੇਜ ਦੇ ਕਿੱਥੇ ਐ ਉਹਨੂੰ ਕਹਿ ਨਾਲੇ ਫੋਨ ਕਫਾਨ ਕਰੇ ਉਹਨੂੰ ਛੋਟੇ ਨੂੰ ਅੱਛਾ ਹੋਰ ਕੀ ਕਾਦੇ ਵਾਸਤੇ ਮੈਨੂੰ ਮੁਰਗਾ ਤਾਂ ਖਵਾ ਦਿਓ ਓਹੋ ਤੇਰੀ ਤਾਂ ਤਾਂ ਮੁਰਗੇ ਦੀ ਬਣੀ ਪਈ ਹੈ ਤੂੰ ਮਾਂਜਾ ਮਾਰਦੀ ਸੀ ਮਾਂਜਾ ਮਾਰ ਲੈ ਇਹਦੇ ਨਾਲ ਕਿਉਂ ਦਿਮਾਗ ਮਾਰੇਗਾ ਇਹਨੇ ਸਿਰਖਾ ਛੱਡਿਆ ਮੇਰਾ ਕਰਨੀ ਨਹੀਂ ਹੁੰਦਾ ਕੁਛ ਪੱਖੀ ਲਿਆ ਚੱਕ ਕੇ ਤੁਹਾਡੇ ਪੱਖਾ ਤਾਂ ਹੈ ਨਹੀਂਗਾ ਮੈਨੂੰ ਹਵਾ ਚੱਲ ਗਰਮੀ ਲੱਗੀ ਜਾਂਦੀ ਆ ਹਾਂ ਚੱਲ ਪੱਖੀ ਵੱਡੇ ਮਹਾਰਾਜੇ ਨੇ ਕਿਉਂ ਹੋਰ ਕੀ ਪੁੱਪੇ ਤੂੰ ਮਹਾਰਾਜਾ ਪੁੱਪਾ ਮੇਰੀ ਗਿਰੀਸ ਕਰੂਗਾ ਕੰਮੀ ਜੁੱਤੀ ਦੇ ਜੁੱਤੀ ਦੇ 2500 ਰੁਪਏ ਲਾਇਆ 2500 ਹਾਂ ਕਿਉਂ ਝੂਠ ਬੋਲੀਏ ਨੇ ਬੇਬੇ ਮੈਨੂੰ ਪੱਕਾ ਪਤਾ ਜੁੱਤੀ ਵੀ ਕਿਸੇ ਦੀ ਮੰਗ ਕੇ ਕਿਸੇ ਦੀ ਆ ਇਹ ਤਾਂ ਮੈਚ ਹੀ ਨਹੀਂ ਹੈਗੀ ਉਹ ਮਾਰ ਜਾਂਦਾ ਗੱਪ ਨਾ ਮੈਨੂੰ ਪਤਾ ਨਹੀਂ ਲੱਗਦਾ ਵੀ ਕਿਹਦੀ ਜੁੱਤੀ ਹੈ ਕੱਚੀ ਰਹਿਣਾ ਤੂੰ ਅਖਰ ਨੂੰ ਝੂਠ ਤਾਂ ਨਾ ਬੋਲ ਤੂੰ ਜੁੱਤੀ ਤੇ ਕਰਨ ਵਾਸਤੇ ਇੰਨਾ ਸੋਹਣਾ ਬੰਟਨ ਕਹਿਮ ਹੈ ਤੇ ਸੋਹਣਾ ਤੂੰ ਫਿਰ ਵੀ ਨਹੀਂ ਲੱਗ ਰਿਹਾ ਹੈਗਾ ਕਿ ਕਿੰਨਾ ਮਰਜ਼ੀ ਜ਼ੋਰ ਲਾ ਲਿਆ ਤੂੰ ਫਿਰ ਮੋੜੋ ਮੈਨੂੰ ਹਵਾ ਹੂਵਾ ਤਾਂ ਚੱਲ ਦੋ ਹੁਣ ਚੁੱਪ ਕਰਕੇ ਬਹਿ ਜਾ ਠੀਕ ਹੈ ਕੋਈ ਕੰਮ ਕਰ ਲੈਂਦੇ ਚੱਲ ਮੈਂ ਤਾਂ ਸੌਣਾ ਇੱਕ ਜਾ ਚਾਹ ਚੁਬਣਾ ਦੇ ਕੁੜੇ ਵਾਲੇ ਮੈਂ ਪੈਗ ਲਾਉਣਾ ਪੈਗ ਸ਼ਾਮ ਨੂੰ ਘਰ ਦੀ ਕੱਢੀ ਦਾ ਬਸ ਮੈਂ ਨਹੀਂ ਚਾਹ ਚੁਬਣੀ ਹੁਣ ਪਰ ਸ਼ਾਮ ਆਊਗੀ ਉਦੋਂ ਲਾਣੀ ਪੈਗ ਹੁਣ ਤਾਂ ਚਾਹ ਦਾ ਟਾਈਮ ਹੈ ਲੈ ਐ ਕਿਵੇਂ ਚੱਟਾਂ ਦਾ 24 ਘੰਟੇ ਦਾਰੂ ਦਾ ਟਾਈਮ ਹੁੰਦਾ ਅਗਲੇ ਆ ਦੋ ਮੈਨੂੰ ਕੋਈ ਨਹੀਂ ਆ ਜਾਣ ਦੇ ਮੁੰਡੇ ਨੂੰ ਦੇਖ ਘਰਾੜੇ ਦੇਖ ਕਿਵੇਂ ਮਾਰਦਾ ਜਿਵੇਂ ਆਸ਼ਾ ਟਰੈਕਟਰ ਚੱਲਦਾ ਹੁੰਦਾ ਮੂੰਹ ਟੱਡ ਛੱਡਿਆ ਉੱਤੇ ਕੋਈ ਬਿੱਠ ਜਾਨਵਰ ਮਾਰ ਜੂਗਾ ਓਹੋ ਹੁਣ ਤਾਂ ਪੈਗ ਭਾਲਦਾ ਸੀਗਾ ਟਾਈਮ ਚਾਹਦਾ ਚੌਣਿਆਂ ਦਾ ਟੱਬਰ ਸੌਣ ਵੀ ਨਹੀਂ ਦਿੰਦਾ ਮਾਂ ਵੀ ਜਮਾ ਆਪਦੀ ਧੀ ਵਰਗੀ ਆ ਉਹ ਸੌ ਤਾਂ ਜਾਣ ਦੇ ਮੈਨੂੰ ਬੁੜੀਆ ਸੌ ਜਾਣ ਦੇ ਸੌ ਜਾ ਕੁੜੀਏ ਚਾਹ ਬਣਾ ਦੇ ਨਹੀਂ ਇਹ ਤਾਂ ਮੂੰਹ ਟੱਡੀ ਪਿਆ ਉਰੇ ਓ ਨੋ ਮੇਰੇ ਸਾਲਿਆਂ ਦਾ ਕੈਲਾ ਮੈਨੂੰ ਕਹਿੰਦਾ ਤੇਰਾ ਰਿਸ਼ਤਾ ਕਰਾਉਣਾ ਹਵੇਲੀ ਵਾਲੇ ਨੇ ਕਰੇ ਹਵੇਲੀ ਦਾ ਦੇਖ ਲੈ ਮੇਰੇ ਸਾਲਿਆਂ ਨੇ ਲਪਾਈ ਵੀ ਨਹੀਂ ਕਰੀ ਹੈਗੀ ਨੀ ਪਾਲੋ ਪਾਲੋ ਓਹੋ ਮੈਂ ਕੀ ਆ ਆ ਹਵੇਲੀ ਆ ਤੁਹਾਡੀ ਜਿਹੜੇ ਕੰਮ ਦਾ ਰਿਸ਼ਤਾ ਕਰਾ ਹਾਂ ਤਾਂ ਹੌਲੀ ਬੋਲ ਪਿਆ ਕਰ ਮਾਸੀ ਘਰੇ ਬੈਠੀ ਸੀ ਇੰਨੀ ਉੱਚੀ ਉੱਚੀ ਬੋਲਣ ਨਾਲ ਕੀ ਗੱਲ ਸੀਗੀ ਚੁਗਲੀਆਂ ਹੀ ਕਰਦੀ ਹੋਣੀ ਮੈਂ ਤੇਰੀਆਂ ਚੁਗਲੀਆਂ ਕੀ ਕਰਨੀਆਂ ਮਲੰਗ ਦੀਆਂ
ਪਹਿਲਾਂ ਮੈਨੂੰ ਐ ਦੱਸ ਜਿਹਦੇ ਕਰਕੇ ਮੇਰਾ ਤੇਰੇ ਨਾਲ ਰਿਸ਼ਤਾ ਕਰਿਆ ਆ ਤੁਹਾਡੀ ਹਵੇਲੀ ਦੀ ਪੌੜੀ ਪੁੜੀ ਜੀ ਕਿੱਥੇ ਹੈ ਪੌੜੀ ਕੋਈ ਲਾਈ ਨਹੀਂ ਹੈਗੀ ਕਿਉਂ ਤੈਂ ਪੌੜੀ ਲਾ ਕੇ ਦੱਸ ਕੀ ਕਰਨਾ ਅੱਛਾ ਕੋਈ ਖਜ਼ਾਨਾ ਖਜ਼ੂਨਾ ਤਾਂ ਰੱਖਿਆ ਉੱਤੇ ਤਾਂ ਨਹੀਂ ਲਾਈ ਮਲਾਦਾ ਪੌੜੀ ਨਾ ਬਹਿ ਜਾ ਬਹਿ ਜਾ ਅਸੀਂ ਖਜ਼ਾਨਾ ਇੱਥੇ ਰੱਖਾਂਗੇ ਅਸੀਂ ਖਜ਼ਾਨਾ ਅੰਦਰ ਰੱਖਾਂਗੇ ਤੂੰ ਪਰਾਂ ਹੋ ਮੈਨੂੰ ਤਾਂ ਲੱਗਦਾ ਪੌੜੀ ਲਾ ਕੇ ਦੇਖਦਾ ਮੈਂ ਤਾਂ ਪੱਕਾ ਬੇ ਤੂੰ ਤਾਂ ਨਾ ਕਾਮਲੀ ਮਾਰਨਾ ਬੇ ਹੁਣ ਕੀ ਕਰੀਏ ਗਿੱਟੇ ਚੜਾਏਗਾ ਇੱਥੇ ਡਿੱਗ ਕੇ ਅੱਲਾ ਐਂ ਕਿਵੇਂ ਗਿੱਟੇ ਟੁੱਟ ਜਾਣਗੇ ਸਰਦਾਰ ਸਾਹਿਬ ਤਾਂ ਉੱਤੇ ਚੜਨਗੇ ਬੇ ਆ ਜਾ ਥੱਲੇ ਬੇ ਤਵਾਲੀਆਂ ਸੀ ਨੀ ਬੇਬੇ ਕਰ ਜਾ ਮੈਂ ਖਿਆਨਾ ਦੇ ਦੇਣਾ ਮੈਂ ਉੱਤੇ ਕੁਛ ਨਹੀਂ ਹੈਗਾ ਥੱਲੇ ਮਰ ਜਾ ਡੁੱਬੜਿਆ ਥੱਲਿਆ ਬੇਬੇ ਕਹਿੰਦਾ ਤੁਹਾਡਾ ਖਜ਼ਾਨਾ ਰੱਖਿਆ ਉੱਪਰ ਉਹ ਦੇਖ ਕੇ ਆਉਣਾ ਲੈ ਦੱਸ ਖਜ਼ਾਨਾ ਰੱਖਿਆ ਹੋਇਆ ਤੈਨੂੰ ਕਿਹਨੇ ਕਹਿੰਦਾ ਖਜ਼ਾਨਾ ਆ ਪੌੜੀ ਤਾਂ ਲਾਈ ਨਹੀਂ ਹੈਗੀ ਇਹਦੇ ਤਾਂ ਹੀ ਨਹੀਂ ਲਾਈ ਤੁਸੀਂ ਪੱਕਾ ਕੋਈ ਖਜ਼ਾਨਾ ਲੁਕੋ ਰੱਖਿਆ ਤੁਹਾਡੇ ਬੁੜੇ ਨੇ ਨਹੀਂ ਲਾਈ ਹੁਣ ਤੈਨੂੰ ਪਤਾ ਲੱਗ ਗਿਆ ਨਾ ਹਾਂ ਤਾਂ ਹੀ ਨਹੀਂ ਲਾਈ ਆ ਦੇਖ ਤੂੰ ਝੂਠ ਬੋਲਦੀ ਐ ਮੈਂ ਨਹੀਂ ਹੈਗਾ ਤਾਂ ਚੋੜ ਕਰਦੀ ਐ ਤੈਨੂੰ ਤੂੰ ਤਾਂ ਆਪ ਤਾਂ ਬਦਦਿਮਾਗ ਹੈਗੇ ਹੀ ਆ ਆਹ ਆ ਗਿਆ ਮੇਰਾ ਸਾਲਾ ਹਾਏ ਵੇ ਵੀਰੇ ਆ ਜਾ ਮੈਨੂੰ ਤਾਂ ਦਿਮਾਗ ਖਾ ਲਿਆ ਕਾਦੇ ਪਿੱਛੇ ਲੜੀ ਜਾਂਦੇ ਹੋ ਮੈਂ ਲੜਨਾ ਕਾਦੇ ਪਿੱਛੇ ਵੀਰੇ ਆ ਦੇਖ ਲੈ ਕਹਿੰਦਾ ਉੱਪਰ ਖਜ਼ਾਨਾ ਰੱਖਿਆ ਹੋਇਆ ਨਾਲੇ ਸਤਿ ਸ਼੍ਰੀ ਅਕਾਲ ਵੀਰੇ ਆਹੋ ਤੈਨੂੰ ਤੇਰੀ ਭੈਣ ਦੇਖੀ ਪ੍ਰਾਹੁਣੇ ਨਹੀਂ ਸੀ ਹੈਗਾ ਸਤਿ ਸ਼੍ਰੀ ਅਕਾਲ ਬੁਲਾ ਨੂੰ ਬੁਲਾ ਲੈਨੇ ਆ ਹਾਂ ਬੁਲਾ ਲੈਨੇ ਆ ਭਰਾ ਰਹਿ ਜਾ ਇੱਕ ਤਾਂ ਹੱਥ ਵੀ ਅੱਡ ਅੱਡੇ ਨੇ ਡਰ ਲੱਗਦਾਗਾ ਪੁੱਤ ਜਦੋਂ ਦਾ ਆਇਆ ਨੇ ਘਰ ਸਿਰ ਤੇ ਚੱਕ ਛੱਡਿਆ ਕਹੇ ਤਾਂ ਪੈਗ ਮੰਗਦਾ ਕਦੇ ਕਾਲੇ ਮੁਰਗੇ ਦਾ ਮੀਟ ਮੰਗਦਾ ਹੁਣ ਮੈਂ ਇਕੱਲੀ ਰਹਿਣੀ ਸੀ ਮੈਂ ਕੀ ਕਰਾਂ ਲੈ ਹੁਣ ਮੰਗਾ ਨਾ ਤਾਂ ਹੀ ਦੁਖੀ ਕਰਦਾ ਮਾਂ ਪ੍ਰਾਹੁਣਾ ਪ੍ਰਾਹੁਣਾ ਤੁਹਾਡਾ ਉਹ ਤਾਂ ਬਿਨਾਂ ਦੇਖ ਲੈ ਵੀਰੇ ਇਹ ਹਜਾ ਪ੍ਰਾਹੁਣਾ ਤੁਹਾਡਾ ਦੇਖ ਲੈ ਤੇਰੇ ਸਾਹਮਣੇ ਮੂੰਹ ਤੇ ਸੁੱਡਲ ਕੇ ਹੀ ਜਾਂਦਾ ਬੇ ਤੂੰ ਹਈ ਸੁੱਡਲ ਸੁੱਡਲ ਨੂੰ ਸੁੱਡਲੀ ਕਹਾਂਗੇ ਹੋਰ ਕੀ ਸਿਆਣਾ ਕਹਾਂਗੇ ਆਹੋ ਹੁਣ ਤੂੰ ਆਪਦੇ ਭਾਈ ਨਾਲ ਰਲ ਜਾ ਦੇਖ ਲੈ ਬੇਬੇ ਪਰ ਤੂੰ ਵੀ ਇਹਨਾਂ ਨਾਲ ਦੀ ਆਇਆ ਮੈਂ ਕੀ ਦੇਖਣਾ ਤੂੰ ਹਈ ਇਹ ਜਾਂ ਮੇਰੇ ਕੀ ਕਰ ਗਿਆ ਹੁਣ ਆ ਦੇਖੀ ਆ ਦੇਖ ਲੈ ਮੈਨੂੰ ਤਾਂ ਵਿਆਹ ਵੇਲੇ ਕੁਛ ਵੀ ਨਹੀਂ ਦਿੱਤਾ ਇਹਨੂੰ ਸਕੂਟਰੀ ਦਵਾਤੀ ਹੁਣ ਨਵੀਂ ਮੈਨੂੰ ਨਹੀਂ ਪਤਾ ਜੇ ਆਪਦੀ ਕੁੜੀ ਤੋਰਨੀਆਂ ਉਹ ਮੇਰੀ ਸੁਣ ਲਾ ਗੱਲ ਮੇਰੇ ਸਾਲਿਆ ਜੇ ਆਪਦੀ ਭੈਣ ਤੋਰਨੀਆਂ ਮੇਰੇ ਨਾਲ ਮੈਨੂੰ ਸਕੂਟਰ ਲੈ ਕੇ ਦੋ ਸਕੂਟਰ ਤੈਨੂੰ ਮੋਟਰਸਾਈਕਲ ਲੈ ਕੇ ਦਿੱਤਾ ਆਹੋ ਗੱਦੀ ਨਹੀਂ ਪੂਸ ਲੈ ਕੇ ਦਿੱਤਾ ਆਪਦੇ ਪੈਸਿਆਂ ਦਾ ਲੈਤਾ ਵਾ ਉਹ ਬੇ ਆਪਦੇ ਪੈਸੇ ਕਿੱਥੋਂ ਲੈਤੇ ਅੱਧੇ ਪੈਸੇ ਅਸੀਂ ਪਾਏ ਨੇ ਐਡੀ ਕਿੰਨੀ ਗੱਲ ਹੈਗੀ ਨਗਦ ਪਾਏ ਤੈਨੂੰ ਬੜਾ ਪਤਾ ਲੱਗਦਾ ਹਾਂ ਵੀਰੇ ਮੇਰੀ ਗੱਲ ਸੁਣ ਹੁਣ ਤੇਰੀ ਸਕੂਟਰੀ ਕਹਿੰਦੀ ਅੱਖ ਹੈਗੀ ਹਨਾ ਮੈਨੂੰ ਤਾਂ ਸਕੂਟਰ ਚਾਹੀਦਾ ਸਕੂਟਰੀ ਸਕਟਰੀ ਨਹੀਂ ਆ ਕੀ ਜਨਾਨੀ ਜਰਾ ਅੱਜ ਹੀ ਚਲਾਉਂਗਾ ਮੈਂ ਹਾਂ ਬਾ ਮੈਨੂੰ ਸਕੂਟਰ ਚਾਹੀਦਾ ਜੇ ਆਪਦੀ ਕੁੜੀ ਤੋਰਨੀ ਆ ਮੇਰੇ ਨਾਲ ਸਿੱਧੀ ਜੀ ਗੱਲ ਹੈ ਜਾਓ ਕੰਮ ਕਰੋ ਆਪਦਾ ਟੋਡਾ ਕੀ ਬਿਲਾ ਜੁੱਤੀਆਂ ਬਿਲਕੁਲ ਉਹ 2500 ਰੁਪਏ ਦੀ ਜੋੜੇ ਚੱਕ ਕੇ ਬਹਿ ਜਾ ਬਸ ਵੀਰੇ ਇਹ ਤਾਂ ਹੀ ਦੁਖੀ ਕਰਦਾ 2500 ਰੁਪਏ ਲਾਇਆਗਾ ਹਾਂ ਭੈਣ ਤੋਰਨੀ ਹੁਣ ਨਾ ਸਕੂਟਰ ਲਿਆ ਦੇ ਮੈਨੂੰ ਉਹ ਤੋਂ ਵੀ ਘੈਂਟ ਸਮਝ ਗਿਆ ਜਾ ਤੂੰ ਵੀ ਜਾ ਅੰਦਰ ਵਗ ਜਾ ਸਲਾਹ ਕਰ ਲੈ ਜਾ ਕੇ ਉਹਨਾਂ ਨਾਲ ਸੌਣ ਦੇ ਮੈਨੂੰ ਉਹ ਵਗ ਜਾ ਹੁਣ ਟਿਕ ਜਾ ਕਰ ਪ੍ਰਾਹੁਣਾ ਤੁਹਾਡਾ ਜੀ ਕਿਹਾ ਕਰਨ ਵਾਲੇ ਮੈਨੂੰ ਮੇਰੇ ਸਾਲੇ ਸੌਣ ਵੀ ਨਹੀਂ ਦਿੰਦੇ ਹੈਗੇ ਪ੍ਰਾਹੁਣੇ ਨੂੰ ਓਏ ਉੱਠ ਓਏ ਕੀ ਹੁੰਦਾ ਇੱਕਦਮ ਨੀਂਦ ਖਰਾਬ ਕਰਤੀ ਉੱਤੋਂ ਪ੍ਰਾਹੁਣੇ ਨੂੰ ਕਹਿੰਦਾ ਓਏ ਬੱਲੇ ਇੰਨੀ ਕੁ ਲਿਆਉਂਦੀ ਆ ਯਾਰ ਤੂੰ ਤਾਂ ਬੱਚੀ ਪਈ ਸੀ ਉਹ ਲਿਆਉਂਦੀ ਆ ਤੇਰੇ ਵਾਸਤੇ ਸਪੈਸ਼ਲ ਨਾ ਕਿਤੇ ਹੋਰ ਲਿਆ ਦਈਏ ਕੁੱਜੇ ਵਰਗੇ ਘਸਾਲ ਵਾਲਾ ਨਾ ਕੋਈ ਜੀਜਾ ਜੀ ਕਹੇ ਨਾ ਕੋਈ ਲੈਣਾ ਨਾ ਦੇਣਾ ਹੁਣ ਉਰੇ ਬੈਠਾ ਮੇਰਾ ਮੂੰਹ ਦੇਖੀ ਜਾਂਦਾ ਜਾਂ ਕੁਛ ਲਿਆ ਨਾਲੇ ਖਾਣ ਨੂੰ ਲਿਆ ਦੇ ਕੱਚ ਦਾ ਗਲਾਸ ਲਿਆ ਕੇ ਦੇ ਮੈਨੂੰ ਜਾ ਭਜਾ ਸਟੀਲ ਦੇ ਸਾਡੇ ਦਾ ਕੱਚ ਦਾ ਕੁਛ ਤਾਂ ਨਹੀਂ ਹੈਗਾ ਉਹ ਵਗ ਜਾ ਇਹਦੇ ਤਾਂ ਸਾਲੇ ਦਾ ਗਲ ਪੈਣ ਨੂੰ ਵੀ ਜੀ ਨਹੀਂ ਕਰਦਾ ਹੈਗਾ ਕੀ ਪਤਾ ਲੱਫੜ ਮਾਰੇ ਕੱਡਾ ਕੱਦ ਚ ਕੀ ਫਿਰਦਾ ਬੂਤੇ ਵਰਗਾ ਉਹ ਮੈਨੂੰ ਤਾਂ ਕੱਚ ਦਾ ਗਲਾਸ ਲਿਆ ਕੇ ਦੋ ਮੈਂ ਨਹੀਂ ਪੀਂਦਾ ਪੂੰਦਾ ਹੈਗਾ ਦਰਦ ਦਰੂ ਪੀਣੀ ਆ ਪੀ ਲੈ ਨਹੀਂ ਫੜਾ ਇਧਰ ਚੰਗਾ ਬਾਈ ਜੀ ਦੇ ਦੋ ਕਿੱਥੋਂ ਥੋੜੇ ਜਿਹੇ ਪੈਸੇ ਪਿੱਛੇ ਤੂੰ ਪਰਾਂ ਮੂੰਹ ਦੇਖ ਆਪਦਾ ਆਹੋ ਵਿੱਚ ਲਾਲ ਨਾ ਛੱਡਦੀ ਉਹ ਖਾਣ ਨੂੰ ਤਾਂ ਲਿਆ ਦੇ ਕੁਛ ਹੋਰ ਨਾ ਤੈਨੂੰ ਕਿਤੇ ਮੁਰਗਾ ਲਿਆ ਨਾ ਕਾਲਾ ਕਾਲਾ ਖਾ ਲੈ ਨਾ ਪੀ ਲੈ ਨਾ ਜੀ ਹਾਂਜੀ ਅਸੀਂ ਪੀ ਲਵਾਂ ਕਿੰਨੀ ਕੌੜੀ ਆ ਕਿੱਥੋਂ ਲਿਆ ਕੇ ਦਿੱਤੀ ਆ ਯਾਰ ਉਹ ਦੇ ਦੇ ਜੰਗਾ ਸਵਾਦ ਹੈ ਤੇਰਾ ਕੀ ਪਤਾਗਾ ਚੱਕ ਕੇ ਲੈ ਜਾ ਲੈ ਕੇ ਨਹੀਂ ਜਾਣੀ ਇਹ ਲੈ ਵੀਰੇ ਇਹ ਨਹੀਂ ਮਿਲਦੀ ਮੈਂ ਪਰਸੋਂ ਤਾਂ ਮੈਨੂੰ ਮਿਲੀ ਹੈ ਲਿਆਓ ਜੀ ਆ ਲੈ ਫੜ ਵੀਰਾ ਕਰਕੇ ਐਸੇ ਵੀ ਟਮਾਟਰ ਕੱਟ ਲੈ ਇੱਕ ਜਦੋਂ ਪੈਗ ਲਾ ਲਿਆ ਉਦੋਂ ਲਿਆਤਾ ਮੇਰੀ ਗੱਲ ਖਾਣੇ ਆ ਖਾਲਾ
ਖਾ ਲਾ ਨਾ ਇੱਕ ਤਾਂ ਮੇਰੀ ਗੱਲ ਸੁਣ ਲੈ ਤੇ ਤੇਰੇ ਭਾਈ ਨੂੰ ਕਹਿ ਦੇ ਮੇਰੇ ਗੱਲ ਜੇ ਨਾ ਪਵੇ ਮੈਂ ਇਧਰੇ ਕੋਈ ਗੱਲ ਨਹੀਂ ਪੈਂਦਾ ਨਾਲੇ ਮੈਨੂੰ ਫੜਾ ਦੇ ਵੀਰੇ ਤੈਨੂੰ ਪਤਾ ਹੈਗਾ ਵੀ ਕਿ ਖਿੱਲਰ ਜਾਂਦਾਗਾ ਇਹ ਮੈਂ ਤਾਂ ਇਹ ਤਾਂ ਖੁੱਲੀ ਇਹਦਾ ਖੜ ਜਾ ਅੱਧੀ ਦਾ ਪੀ ਗਿਆ ਇਹ ਬੋਤਲ ਬੇਬੇ ਇਹਨੂੰ ਕਿਉਂ ਪੀ ਜੀ ਨੇ ਸਾਨੂੰ ਪਤਾ ਹੈਗਾ ਕਿ ਇਦੋਂ ਬੇਕਾਰ ਹੋ ਜੂਗਾ ਜਮੀਆ ਬਾਹਰ ਬੋਲੀ ਜਾਂਦਾ ਸੀ ਕੀ ਕਰੇ ਹਾਰ ਕੇ ਲਿਆਇਆ ਮੁੰਡਾ ਵੀਰੇ ਲਿਆ ਕੇ ਨਹੀਂ ਸੀ ਤੂੰ ਦੇਣੀ ਤੈਨੂੰ ਚੰਗਾ ਪਤਾ ਪਾਪੂ ਵਾਲੀ ਪਈ ਸੀ ਬੱਚੀ ਇਹਦਾ ਕੀ ਹੈ ਇਹ ਤਾਂ ਸੌ ਕੁਛ ਕਹੂਗਾ ਮੇਰੀ ਗੱਲ ਸੁਣ ਲਾ ਮੇਰੇ ਸਾਲਿਆ ਐਵੇਂ ਚਾਹੇ ਉਰੇ ਦੀ ਮੇਰੀ ਗੱਲ ਸੁਣ ਬਸ ਬਹੁਤ ਆ ਬੋਲਿਆ ਤਾਂ ਤਾਂ ਪਰਾ ਪਾ ਜੋ ਯਾਰ ਜਲੂਸ ਕਰ ਰੱਖਿਆ ਪ੍ਰਾਹੁਣਾ ਸੁਣਦਾ ਮੈਂ ਬੋਲਿਆ ਤਾਂ ਤਾਂ ਜਾਂਦਾ ਨਹੀਂ ਹੋਰ ਭਰਦਾ ਹੈ ਇਹ ਉਹ ਮੇਰੀ ਗੱਲ ਸੁਣ ਛੁੱਟਾ ਦੇ ਮੈਨੂੰ ਨਹੀਂ ਪਤਾ ਦਾਰੂ ਦੇ ਮੈਨੂੰ ਹੋਰ ਤੈਨੂੰ ਕਿਤੇ ਹੋਰ ਨਾ ਦੇ ਦਾਂ ਬੱਕਰੇ ਨਾਲ ਲਿਆ ਕੇ ਅੰਗਰੇਜ਼ੀ ਦੇਈ ਨਾ ਘਰ ਦੇ ਅੰਦਰ ਹੀ ਮੇਰੀ ਗੱਲ ਸੁਣ ਮੈਂ ਚੱਲਿਆ ਆਪਣੀ ਕੁੜੀ ਰੱਖੋ ਰੇ ਹਾਂ ਬੇਇੱਜ਼ਤੀ ਕਰਦੇ ਹੋ ਤੁਸੀਂ ਦਾਰੂ ਖੋਲੋ ਮੇਤੋਂ ਸ਼ਰਮ ਨੀ ਆਉਂਦੀ ਹੈਗੀ ਮੈਂ ਨੀ ਚੁੱਸਦਾ ਲੈ ਜਾਓ ਆਪਦੀ ਨੂੰ ਮੈਂ ਨੀ ਪੀਂਦਾ ਰਹਿ ਗਿਆ ਤੁਸੀਂ ਆਪਦੀ ਕੁੜੀ ਨੂੰ ਰੱਖੋ ਹਾਂ ਤੁਸੀਂ ਆਪਦੀ ਕੁੜੀ ਨੂੰ ਰੱਖੋ ਮੇਰੇ ਅੱਗੇ ਵਿਛੜਾਈਓ ਨਾਲੇ ਵੱਡੇ ਜੈਲਦਾਰ ਕਹਿੰਦੇ ਹਵੇਲੀ ਮੇਰੇ ਸਾਰੇ ਨੰਗਾਂ ਤੋਂ ਹਜੇ ਤੱਕ ਲਪਾਈ ਹੋਈ ਨੀ ਹੈਗੀ ਤੂੰ ਬਾਲਾ ਨਾ ਬੋਲ ਠੀਕ ਹੈ ਟੱਕਿਆ ਰਿਹਾ ਹੁਣ ਤੂੰ ਮੇਰੇ ਮੂਹਰੇ ਬੋਲਦੀ ਆ ਹਾਏ ਲੁੱਟਿਆ ਹਾਏ ਮਾਤਾ ਹਾਏ ਮੇਰੇ ਸਾਲਿਆਂ ਨੇ ਪਰਾਉਣੇ ਹੀ ਲੁੱਟਿਆ ਉਹ ਗਵਾਂਢੀਓ ਬਚਾ ਲਓ ਹਾਏ ਓਏ ਹਾਏ ਓ ਰਹਿ ਤੂੰ ਹੀ ਰਹਿ ਜਾਨਾ ਮੈਂ ਤਾਂ ਹਾਏ ਮਾਤਾ ਓਏ ਕੱਟੋ ਬਾਹਰ ਓ ਮੇਰੇ ਸਾਲਿਓ ਮੈਂ ਤਾਂ ਜਾਨਾ ਹਾਏ ਤਪਾ ਰੱਖਿਆ ਚਲ ਸ਼ੁਕਰ ਹੈ ਕਾਫੀਆ ਨਾਲੇ ਡੈਡੀ ਨੂੰ ਆਖਿਆ ਸੀ ਜ਼ਮੀਨ ਨਾ ਦੇਖ ਕੱਲੀ ਦੇਖ ਲਈ ਤੁਸੀਂ ਓਏ ਮੇਰੇ ਸਾਲੇ ਨੇ ਪ੍ਰਾਹੁਣਾ ਗੁੱਟ ਕੇ ਵਜਾਤਾ ਉਹਦਾ ਉਹ ਤੁਹਾਡੀ ਭੈਣ ਨੂੰ ਹਾਏ ਓਏ ਮੈਂ ਤਾਂ ਕਿਸੇ ਦੀ 2500 ਵਾਲੀ ਮੰਗ ਵੀ ਜੁੱਤੀ ਵੀ ਭੁੱਲ ਆਇਆ ਓਏ ਪੈਰ ਮੱਚੀ ਜਾਂਦੇ ਨੇ ਮੈਂ ਕਹਿੰਦਾ ਯਾਰ ਜੁੱਤੀ ਤਾਂ ਚੱਕ ਲਿਆਵਾਂ ਸਾਲੇ ਕਿਤੇ ਕੁੱਟਣ ਨਾ ਮੈਨੂੰ ਇੱਕ ਤਾਂ ਲੰਬੂ ਜੇ ਤੋਂ ਡਰ ਲੱਗਦਾ ਐਡੇ ਐਡੇ ਹੱਥ ਲੈ ਰਿਹਾ ਚੱਲ ਬੂਝ ਕੇ ਜੁੱਤੀ ਚੱਕ ਲਿਆ ਮੈਂ ਓਏ ਮੇਰੇ ਸਾਲੇ ਕਿੱਧਰ ਭੱਗ ਗਏ ਜੀ ਉਹ ਮੇਰੀ ਜੁੱਤੀ ਦਾ ਦੇ ਦੋ ਉਹ ਤਾਂ ਫੇਰ ਆ ਗਿਆ ਦੇ ਦੋ ਜੀ ਮੇਰੀ ਆ ਲੈ ਜੁੱਤੀਆਂ ਹਾਏ ਕੁੜੀ ਅਸੀਂ ਆਪ ਹੀ ਛੱਡ ਆਵਾਂਗੇ ਆਹੋ ਛੱਡ ਆਉਂਗੇ ਹੁਣ ਨਾ ਮੇਰੇ ਕੋਲੇ ਭੇਜੀਓ ਸਾਲਾ ਨੇ ਪਰੌਣਾ ਉੱਟਿਆ ਸ਼ਰਮ ਨਹੀਂ ਆਉਂਦੀ ਹੈਗੀ